ਇੱਕ ਪਾਸੇ ਦੇਸ਼ ਦੇ ਵਿੱਚ ਵੱਡੇ ਵੱਡੇ ਪੁਲ ਬਣਾਏ ਜਾ ਰਹੇ ਨੇ, ਵੱਡੇ ਵੱਡੇ ਪ੍ਰੋਜੈਕਟ ਬਣਾਏ ਜਾ ਰਹੇ ਨੇ, ਦੂਜੇ ਪਾਸੇ ਦੇਸ਼ ਦੇ ਕੁਝ ਲੋਕ ਨੇ ਜਿਹੜੇ ਉਹ ਬੁਨਿਆਦੀ ਸਹੂਲਤਾਂ ਅਤੇ ਪੁਲਾਂ ਤੋਂ ਸੱਖਣੇ ਨੇ। ਤਾਂ ਅਜਿਹਾ ਮਾਮਲਾ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਸਾਂਝਾ ਕਰ ਰਿਹਾ, ਜਿੱਥੇ ਕੁਝ ਲੋਕ ਨੇ ਜਿਹੜੇ ਉਹ ਰਾਵੀ ਦਰਿਆ ਉੱਤੇ ਆਰਜ਼ੀ ਪੁਲ ਹਟਾਏ ਜਾਣ ਕਰਕੇ ਕਾਫੀ ਜ਼ਿਆਦਾ ਪਰੇਸ਼ਾਨ ਨੇ। ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਣ ਦੇ ਵਿੱਚ ਵੱਡੀ ਦਿੱਕਤ ਹੋ ਰਹੀ ਹੈ, ਜਿਸਦੇ ਕਰਕੇ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਆਰਜ਼ੀ ਪੁਲ ਦੁਬਾਰਾ ਤੋਂ ਨਾ ਲਗਾਇਆ ਗਿਆ ਤਾਂ ਉਹਨਾਂ ਵੱਲੋਂ ਵੱਡਾ ਸੰਘਰਸ਼ ਆ ਜਿਹੜਾ ਉਹ ਕੀਤਾ ਜਾਵੇਗਾ। ਤਾਂ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਜਿਹੜੇ ਉਹ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟ ਰਜ਼ਾਦਾ ਦੇ ਵਿੱਚ ਰਾਵੀ ਦਰਿਆ ਦੇ ਉੱਤੇ ਪਹੁੰਚੇ, ਜਿੱਥੇ ਆਰਜ਼ੀ ਢੋਲਾਂ ਵਾਲਾ ਪੁਲ ਦੁਬਾਰਾ ਲਾਉਣ ਦੀ ਮੰਗ ਆ ਜਿਹੜੀ ਉਹ ਕੀਤੀ ਜਾ ਰਹੀ ਹੈ। ਹੜ੍ਹਾਂ ਦੇ ਮੌਸਮ ਦੇ ਵਿੱਚ ਅਤੇ ਬਰਸਾਤ ਦੇ ਮੌਸਮ ਦੇ ਵਿੱਚ ਇਹ ਪੈਟਲੂਨ ਪੁਲ ਆ ਜਿਹੜਾ ਉਹ ਹਟਾਇਆ ਗਿਆ ਸੀ, ਲੇਕਿਨ ਇਸ ਨੂੰ ਮੁੜ ਤੋਂ ਨਹੀਂ ਲਗਾਇਆ ਗਿਆ, ਜਿਸ ਕਰਕੇ ਕਿਸਾਨ ਬੇਹੱਦ ਪਰੇਸ਼ਾਨ ਨੇ। ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਣ ਵਿੱਚ ਕਾਫੀ ਜ਼ਿਆਦਾ ਦਿੱਕਤ ਹੁੰਦੀ ਹੈ। ਬੇੜੀਆਂ ਦੇ ਸਾਰੇ ਕਿਸਾਨ ਨੇ ਜਿਹੜੇ ਉਹ ਆਪਣੇ ਖੇਤਾਂ ਵਿੱਚ ਜਾਂਦੇ ਨੇ, ਟਰੈਕਟਰ ਟਰਾਲੀਆਂ ਨੇ ਜਿਹੜੇ ਉਹ ਵੀ ਬੇੜੀਆਂ ਦੇ ਵਿੱਚ ਹੀ ਲਿਜਾਏ ਜਾਂਦੇ ਨੇ। ਅਗਰ ਟਰਾਲੀ ਦੇ ਵਿੱਚ ਵਜ਼ਨ ਥੋੜ੍ਹਾ ਜ਼ਿਆਦਾ ਹੋਵੇ ਜਾਂ ਫਿਰ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਵੇ ਤਾਂ ਟਰੈਕਟਰ ਟਰਾਲੀ ਅਤੇ ਬੇੜੀ ਸਮੇਤ ਲੋਕਾਂ ਦੇ ਦਰਿਆ ਦੇ ਪਾਣੀ ਵਿੱਚ ਰੁੜਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਜਦਕਿ ਜਿਹੜਾ ਪੈਟਲੂਨ ਪੁਲ ਆ ਉਹ ਲਗਾਇਆ ਗਿਆ ਹੋਵੇ ਤਾਂ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬੇੜੀ ਦੇ ਮੁਕਾਬਲੇ ਕਾਫੀ ਜ਼ਿਆਦਾ ਸੌਖ ਰਹਿੰਦੀ ਹੈ। ਜਿਹੜੇ ਲੋਕ ਪੱਠੇ ਵੀ ਦਰਿਆ ਪਾਰੋਂ ਲਿਆਉਂਦੇ ਨੇ ਉਹਨਾਂ ਦੀਆਂ ਤਾਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਨੇ। ਇਸ ਮੌਕੇ ਉੱਤੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਅਗਰ ਆਰਜ਼ੀ ਢੋਲਾਂ ਵਾਲਾ ਪੁਲ ਨਾ ਲਗਾਇਆ ਗਿਆ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ। ਨਾਲ ਹੀ ਕਿਸਾਨਾਂ ਨੇ ਇਹ ਵੀ ਦਿਖਾਇਆ ਕਿ ਉੱਥੇ ਪੁਲ ਦਾ ਸਾਰਾ ਸਮਾਨ ਪਿਆ ਹੈ, ਪੁਲ ਦੇ ਢੋਲ ਅਤੇ ਹੋਰ ਸੜਕ ਦਾ ਸਾਰਾ ਸਮਾਨ ਉੱਥੇ ਪਿਆ ਹੈ, ਲੇਕਿਨ ਉਸ ਨੂੰ ਫਿੱਟ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਕਿਸਾਨਾਂ ਵਿੱਚ ਨਿਰਾਸ਼ਾ ਜਿਹੜੀ ਉਹ ਪਾਈ ਜਾ ਰਹੀ ਹੈ। ਤਾਂ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਤਾੜਨਾ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਪੁਲ ਨੂੰ ਲਗਾਇਆ ਜਾਵੇ। ਅਗਰ ਅਜਿਹਾ ਨਹੀਂ ਹੁੰਦਾ ਤਾਂ ਉਹ SDM ਦਫ਼ਤਰ ਦੇ ਅੱਗੇ ਵੱਡਾ ਸੰਘਰਸ਼ ਕਰਨਗੇ। ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪ੍ਰਭਾਵਿਤ ਕਿਸਾਨਾਂ ਦਾ, ਆਓ ਦੇਖਦੇ ਹਾਂ। ਸਿਰਫ ਬਣਾਉਣ ਵਾਸਤੇ ਸਿਰਫ ਟਾਈਮ ਨਹੀਂ ਹੈਗਾ ਸਰਕਾਰ ਕੋਲ ਜਾਂ ਕੀ ਚੱਕਰ ਆ? ਬੋਲੋ ਬੋਲੋ। ਇਹਨੂੰ ਖੋਲ੍ਹਣ ਵਾਸਤੇ ਮਸ਼ੀਨ ਦਿੱਤੀ ਆ ਜਿਹੜਾ ਟਾਈਮ ਨਾਲ ਖੋਲ੍ਹ ਸਕੇ ਜਾਂ ਮੁੜ ਕੇ ਲਾਇਆ ਜਾਵੇ। ਢੋਲਾਂ ਦੇ ਦਿਖਾਉਣਗੇ ਜਿਹੜਾ ਮਾਲ ਪਿਆ ਵਾ। ਅਸੀਂ ਆਹਨੇ ਵੀ ਸਾਨੂੰ ਵਿਖਾਵੇ ਵਾਸਤੇ ਥੋੜ੍ਹਾ ਰੱਖਿਆ, ਇਹ ਸਾਨੂੰ ਲੋੜ ਵਾਸਤੇ ਤਾਂ ਢੋਲ ਲਾਏ ਆ, ਕਰੋੜਾਂ ਰੁਪਈਆਂ ਦਾ ਜਿਹੜਾ ਸਰਕਾਰ ਨੇ ਖਰਚਾ ਕੀਤਾ, ਅਤੇ ਜੇ ਸਾਡੀ ਲੋੜ ਹੀ ਪੂਰੀ ਨਾ ਹੋਈ ਤਾਂ ਇਸ ਸਮਾਨ ਨੂੰ ਅਸੀਂ ਕੀ ਰੋਜ਼ ਦਿਹਾੜੀ ਵੇਖਿਆ ਕਰਾਂਗੇ ਵੀ ਨਗਰ ਆ ਕੇ ਝਾਤੀ ਮਾਰ ਜਾਵੇ ਵੀ ਹਾਂ ਵੀ ਆਪਣੇ ਪਿੰਡ 'ਚ ਲੈ ਵੀ ਢੋਲ ਦੀ ਵਸਤਾ ਹੈਗੀ ਆ। ਵਸਤਾ ਹੋਣ ਦੇ ਨਾਲ ਸਾਨੂੰ ਇਹ ਮੌਜੂਦਾ ਚਾਹੀਦਾ ਬਣਿਆ ਹੋਵੇ, ਅਸੀਂ ਆਪਣੇ ਸਾਧਨ ਆਰ ਪਾਰ ਕਰ ਸਕੀਏ, ਅਸੀਂ ਫਸਲ ਆਪਣੀ ਟਾਈਮ ਨਾਲ ਵੱਢ ਕੇ ਆਪਣੀ ਫਸਲ ਜਿਹੜੀ ਮੰਡੀ ਪਹੁੰਚਾਈ ਜਾਵੇ, ਫਿਰ ਸਾਡਾ ਟਾਈਮ ਨਾਲ ਰੇਟ ਭਾਅ ਵੀ ਆਲੇ ਆ ਜਾਂਦੇ ਆ, ਸਾਡੇ ਕੋਲ ਦਰਿਆਓਂ ਆਰ ਪਾਰ ਹੀ ਨਹੀਂ ਹੋ ਜਾਂਦਾ, ਰੇਟ ਕਦੋਂ ਲੱਗਣਾ ਸਾਡਾ? ਆ ਵੇਖੋ ਭਰਾਓ, ਆ ਸਮਾਨ ਸਾਰਾ ਪੁੱਲ ਦਾ, ਆ ਕੱਲਾ ਕੱਲਾ ਢੋਲ, ਆ ਇਹਨੂੰ ਮਸ਼ੀਨ ਆ ਜਿਹੜੀ ਪੁੱਲ ਨੂੰ ਬਣਾਉਣ ਵਾਲੀ, ਅਤੇ ਆ ਸਮਾਨ ਆ ਵੇਖੋ ਨਲੈਕੀ ਪੰਜਾਬ ਸਰਕਾਰ ਦੀ ਵੀ ਆਹ ਜਿਹੜੇ ਢੋਲ ਆ ਆਹ ਸਮਾਨ ਆ ਇੱਥੇ ਪਿਆ ਅਤੇ ਲੋਕ ਦਰਿਆ ਦੇ ਵਿੱਚੋਂ ਦੀ ਲੰਘਣ ਮਜਬੂਰ ਹੋਏ। ਇੰਨੀ ਨਿਕੰਮੀ ਸਰਕਾਰ ਵੀ ਜੇ ਨਾ ਸਮਾਨ ਹੋਵੇ ਫਿਰ ਵੀ ਆ ਸਮਾਨ ਇੱਥੇ ਕੰਢੇ 'ਤੇ ਰੱਖ ਕੇ ਅਤੇ ਲੋਕ ਜਿਹੜੇ ਉੱਥੋਂ ਚੱਪਦਾ ਝੋਨਾ ਭੇਜ ਰਿਹਾ, ਲੋਕਾਂ ਨੂੰ 100 ਸਮੱਸਿਆ ਆ ਰਹੀਆਂ। ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਪੰਜਾਬ ਸਰਕਾਰ ਨੂੰ ਫਿਰ ਚੇਤਾਵਨੀ ਹੈ ਵੀ ਜੇ ਨਹੀਂ ਕਰਦੀ ਤਾਂ ਭਰਾਓ ਤਿੱਖਾ ਸੰਘਰਸ਼ ਕਰਨ ਨੂੰ ਪੰਜਾਬ ਸਰਕਾਰ ਮਜਬੂਰ ਕਰੂਗੀ। ਅਸੀਂ ਇਲਾਕਾ ਨਿਵਾਸੀ ਪਿੰਡ ਕੋਟ ਰਜ਼ਾਦਾ ਪੱਤਨ ਦੇ ਉੱਤੇ ਖੜ੍ਹੇ ਕੇ ਤਕਰੀਬਨ ਚਾੜਪੁਰ ਦਿਆਲ ਭੱਟੀ ਗਿੱਲਾਂ ਵਾਲੀ
ਸਾਰੇ ਪਿੰਡਾਂ ਦੇ ਜ਼ਿਮੀਂਦਾਰਾਂ ਦੀਆਂ ਪੈਲੀਆਂ ਪਾ ਰਿਹਾ। ਸਾਨੂੰ ਪਲਟੂਨ ਬ੍ਰਿਜ ਮਿਲਿਆ ਹੈਗਾ, ਪਲਟੂਨ ਬ੍ਰਿਜ ਵੱਧ ਜਾਂਦਾ ਸੀ ਅੱਗੇ ਬੜੇ ਟਾਈਮ ਨਾਲ, ਅਤੇ ਸਾਡੀ ਜਿਹੜੀ ਫਸਲ ਸੀ ਉਹ ਟਾਈਮ ਨਾਲ ਕੱਟੀ ਜਾਂਦੀ ਸੀ। ਹੁਣ ਸਾਡੀਆਂ ਨਾ ਕੰਬਾਈਨਾਂ ਲੱਗ ਰਹੀਆਂ, ਨਾ ਸਾਡੇ ਟਰੈਕਟਰ ਪਾਸ ਪਾਰ ਹੋ ਰਹੇ ਆ। ਆਹ ਹੁਣ ਵੇਖਿਆ ਜਾਵੇ ਆਣ ਕੇ ਤਾਂ ਆਹ ਟਰੈਕਟਰ 10 ਤਕਰੀਬਨ ਖਲੋਤੇ ਆ, ਇਹ ਇਕੱਲੇ ਇਕੱਲੇ ਬੇੜੇ 'ਤੇ ਜਾਣੇ ਆ, 12 ਇੱਕ ਵੱਜ ਜਾਣਾ, ਕੰਬਾਈਨ ਕਦੋਂ ਚੱਲਣੀ ਆ। ਉੱਧਰੋਂ ਸਾਡੀ ਜਿਹੜੀ ਆ ਫਸਲ ਜਿਹੜੀ ਆ ਪੱਕੀ ਆ, ਥੱਲੇ ਡਿੱਗੀ ਆ, ਅਤੇ ਜਿਹੜੇ ਸੂਰ ਆ ਉਹਨਾਂ ਨੂੰ ਦਵਾ ਦਵ ਨਸ਼ਟ ਕਰ ਰਹੇ ਆ। ਅਤੇ ਜੇ ਅਸੀਂ ਬੇੜੇ 'ਤੇ ਲਿਆਉਂਦੇ ਹਾਂ ਬੇੜਾ ਲੰਘਾਉਂਦਿਆਂ, ਸਾਡੇ ਟਰੈਕਟਰ ਦਾ ਵੀ ਨੁਕਸਾਨ ਹੁੰਦਾ, ਨਾ ਸਾਨੂੰ ਟਾਈਮ ਨਾਲ ਸਾਡੇ ਕਰਾਸ ਹੁੰਦੀਆਂ ਸੜਕਾਂ ਪੈ ਟਰਾਲੀਆਂ ਕਰਾਸ ਹੁੰਦੀਆਂ, ਬੋਲੀ ਦਾ ਟਾਈਮ ਲੰਘ ਜਾਂਦਾ, ਸਾਨੂੰ ਬਹੁਤ ਦਿੱਕਤ ਆ ਰਹੀ ਆ। ਇਸ ਕਰਕੇ ਅਸੀਂ ਸਰਕਾਰ ਗਾੜੀ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਇਹ ਬ੍ਰਿਜ ਹੈ ਟਾਈਮ ਨਾਲ ਬੰਨੀ ਜਾਏ। ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਅੱਗੇ ਤਾਂ ਟਾਈਮ ਨਾਲ ਹੀ ਵੱਧ ਜਾਂਦਾ ਸੀ ਬ੍ਰਿਜ, ਅਸੀਂ ਆਪਣੀਆਂ ਫਸਲਾਂ ਲੈ ਆਉਂਦੇ ਹਾਂ। ਐਤਕਾਂ ਪਤਾ ਨਹੀਂ ਕੀ ਸਰਕਾਰ ਦੀਆਂ ਮਜਬੂਰੀਆਂ ਹੋ ਗਈਆਂ, ਜਿਹੜੇ ਸਾਰੇ ਲੋਕਾਂ ਨੂੰ ਤੰਗ ਕਰ ਰਹੇ ਆ। ਆਹ ਬੀਬੀਆਂ ਆ ਵਿਚਾਰੀਆਂ, ਰੋਟੀਆਂ ਉਹਨਾਂ ਹੱਥਾਂ 'ਚ ਬੱਧੀਆਂ ਆ, ਰੋਟੀ ਵੀ ਨਹੀਂ ਖਾਧੀ ਉਹਨਾਂ, ਜਾ ਕੇ ਉੱਥੇ ਪਾਰ ਨਲਕਿਆਂ 'ਤੇ ਬਹਿ ਕੇ ਰੋਟੀ ਖਾਣੀ ਆ, ਬੇਟਾਈਮੀ ਰੋਟੀ ਖਾਧੀ ਜਾਣੀ ਆ। ਇੱਥੋਂ ਵੱਧ ਕੇ ਬਹੁਤ ਹੱਦੋਂ ਵੱਧ ਮਜਬੂਰੀਆਂ ਸਾਡੀਆਂ ਜਿਹੜੀਆਂ ਸਾਨੂੰ ਇਸ ਪੁੱਲ ਦੇ ਕਰਕੇ ਆ ਰਹੀਆਂ, ਅਤੇ ਮਿਹਰਬਾਨੀ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਬ੍ਰਿਜ ਆ ਇਹਨੂੰ ਟਾਈਮ ਨਾਲ ਬਣਾਓ, ਅਤੇ ਅਸੀਂ ਕਿਤੇ ਆਪਣਾ ਜਿਹੜਾ ਫਸਲ ਆ ਟਾਈਮ ਨਾਲ ਸਾਂਭ ਸਕੀਏ, ਸਾਰੇ ਲੋਕ ਟਾਈਮ ਨਾਲ ਆਪੋ ਆਪਣੇ ਕੰਮਾਂ 'ਤੇ ਜਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਲਾਕਾ ਨਿਵਾਸੀ ਪਿੰਡ ਕੋਟ ਰਜਾਦਾ ਪੱਤਨ ਦੇ ਉੱਤੇ ਖੜ੍ਹੇ ਕੇ ਤਕਰੀਬਨ ਚਾੜਪੁਰ, ਡਿਆਲ ਪੱਟੀ, ਗਿੱਲਾਂ ਵਾਲੀ, ਸਾਰੇ ਪਿੰਡਾਂ ਦੇ ਜ਼ਿਮੀਂਦਾਰਾਂ ਦੀਆਂ ਪੈਲੀਆਂ ਪਾ ਰਿਹਾ। ਸਾਨੂੰ ਪਲਟੂਨ ਬ੍ਰਿਜ ਮਿਲਿਆ ਹੈਗਾ, ਪਲਟੂਨ ਬ੍ਰਿਜ ਵੱਧ ਜਾਂਦਾ ਸੀ ਅੱਗੇ ਬੜੇ ਟਾਈਮ ਨਾਲ, ਅਤੇ ਸਾਡੀ ਜਿਹੜੀ ਫਸਲ ਸੀ ਉਹ ਟਾਈਮ ਨਾਲ ਕੱਟੀ ਜਾਂਦੀ ਸੀ। ਹੁਣ ਸਾਡੀਆਂ ਨਾ ਕੰਬਾਈਨਾਂ ਲੱਗ ਰਹੀਆਂ, ਨਾ ਸਾਡੇ ਟਰੈਕਟਰ ਪਾਸ ਪਾਰ ਹੋ ਰਹੇ ਆ। ਆਹ ਹੁਣ ਵੇਖਿਆ ਜਾਵੇ ਆਣ ਕੇ ਤਾਂ ਆਹ ਟਰੈਕਟਰ 10 ਤਕਰੀਬਨ ਖਲੋਤੇ ਆ, ਇਕੱਲੇ ਇਕੱਲੇ ਬੇੜੇ 'ਤੇ ਜਾਣੇ ਆ, 12 ਇੱਕ ਵੱਜ ਜਾਣਾ, ਕੰਬਾਈਨ ਕਦੋਂ ਚੱਲਣੀ ਆ। ਉੱਧਰੋਂ ਸਾਡੀ ਜਿਹੜੀ ਆ ਫਸਲ ਜਿਹੜੀ ਆ ਪੱਕੀ ਆ, ਥੱਲੇ ਡਿੱਗੀ ਆ, ਅਤੇ ਜਿਹੜੇ ਸੂਰ ਆ ਉਹਨਾਂ ਨੂੰ ਦਵਾ ਦਵ ਨਸ਼ਟ ਕਰ ਰਹੇ ਆ। ਅਤੇ ਜੇ ਅਸੀਂ ਬੇੜੇ 'ਤੇ ਲਿਆਉਂਦੇ ਹਾਂ ਬੇੜਾ ਲੰਘਾਉਂਦਿਆਂ, ਸਾਡੇ ਟਰੈਕਟਰ ਦਾ ਵੀ ਨੁਕਸਾਨ ਹੁੰਦਾ, ਨਾ ਸਾਨੂੰ ਟਾਈਮ ਨਾਲ ਸਾਡੇ ਕਰਾਸ ਹੁੰਦੀਆਂ ਸੜਕਾਂ ਪੈ ਟਰਾਲੀਆਂ ਕਰਾਸ ਹੁੰਦੀਆਂ, ਬੋਲੀ ਦਾ ਟਾਈਮ ਲੰਘ ਜਾਂਦਾ, ਸਾਨੂੰ ਬਹੁਤ ਦਿੱਕਤ ਆ ਰਹੀ ਆ। ਇਸ ਕਰਕੇ ਅਸੀਂ ਸਰਕਾਰ ਗਾੜੀ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਇਹ ਬ੍ਰਿਜ ਹੈ ਟਾਈਮ ਨਾਲ ਬੰਨੀ ਜਾਏ। ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਅੱਗੇ ਤਾਂ ਟਾਈਮ ਨਾਲ ਵੱਧ ਜਾਂਦਾ ਸੀ ਬ੍ਰਿਜ, ਅਸੀਂ ਆਪਣੀਆਂ ਫਸਲਾਂ ਲੈ ਆਉਂਦੇ ਹਾਂ। ਐਤਕਾਂ ਪਤਾ ਨਹੀਂ ਕੀ ਸਰਕਾਰ ਦੀਆਂ ਮਜਬੂਰੀਆਂ ਹੋ ਗਈਆਂ, ਜਿਹੜੇ ਸਾਰੇ ਲੋਕਾਂ ਨੂੰ ਤੰਗ ਕਰ ਰਹੇ ਆ। ਆਹ ਬੀਬੀਆਂ ਆ ਵਿਚਾਰੀਆਂ, ਰੋਟੀਆਂ ਉਹਨਾਂ ਹੱਥਾਂ 'ਚ ਬੱਧੀਆਂ ਆ, ਰੋਟੀ ਵੀ ਨਹੀਂ ਖਾਧੀ ਉਹਨਾਂ, ਜਾ ਕੇ ਉੱਥੇ ਪਾਰ ਨਲਕਿਆਂ 'ਤੇ ਬਹਿ ਕੇ ਰੋਟੀ ਖਾਣੀ ਆ, ਬੇਟਾਈਮੀ ਰੋਟੀ ਖਾਧੀ ਜਾਣੀ ਆ। ਇੱਥੋਂ ਵੱਧ ਕੇ ਬਹੁਤ ਹੱਦੋਂ ਵੱਧ ਮਜਬੂਰੀਆਂ ਸਾਡੀਆਂ ਜਿਹੜੀਆਂ ਸਾਨੂੰ ਇਸ ਪੁੱਲ ਦੇ ਕਰਕੇ ਆ ਰਹੀਆਂ, ਅਤੇ ਮਿਹਰਬਾਨੀ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਬ੍ਰਿਜ ਆ ਇਹਨੂੰ ਟਾਈਮ ਨਾਲ ਬਣਾਓ, ਅਤੇ ਅਸੀਂ ਕਿਤੇ ਆਪਣਾ ਜਿਹੜਾ ਫਸਲ ਆ ਟਾਈਮ ਨਾਲ ਸਾਂਭ ਸਕੀਏ, ਸਾਰੇ ਲੋਕ ਟਾਈਮ ਨਾਲ ਆਪੋ ਆਪਣੇ ਕੰਮਾਂ 'ਤੇ ਜਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।